ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਚੌਕਲੇਟ ਡੇ ਦੇ ਉੱਤੇ ਜਿਹੜਾ ਰੇਪ ਹੋਇਆ ਸੀ, FIR ਨੰਬਰ 17/19 PS ਦਾਖਾ, ਉਹਦੇ 'ਚ ਜਿਵੇਂ ਰਾਤ ਕੱਲ੍ਹ ਜਗਰੂਪ ਸਿੰਘ ਦੀ ਅਰੈਸਟ ਹੋ ਗਈ ਸੀ ਲੇਟ ਨਾਈਟ, ਉਸ ਤੋਂ ਬਾਅਦ ਹੁਣ ਥੋੜ੍ਹੀ ਦੇਰ ਪਹਿਲਾਂ, ਹੁਣ ਤੋਂ ਲਗਭਗ ਡੇਢ ਦੋ ਘੰਟੇ ਪਹਿਲਾਂ, ਤਾਂ ਜਿਹੜਾ ਸੁਰਮੂ ਹੈ ਇੱਕ ਹੋਰ ਵਾਂਟਡ ਸੀ, ਸੁਰਮੂ ਟਿੱਬੇ ਏਰੀਏ ਦਾ ਸੀ ਪਰ ਹੈ ਗੁੱਜਰ ਬਰਾਦਰੀ ਦਾ ਸੀ, ਅਤੇ ਇਹਦੀ ਜਿਹੜੀ ਇਨਫੋਰਮੇਸ਼ਨ ਸੀ ਜਿਹੜਾ ਸਾਦਿਕ ਅਲੀ ਤੋਂ, ਇਹ ਤਾਂ ਕਲੀਅਰ ਤਾਂ ਹੋਏਗੀ ਸੀ ਕਿਹੜੇ ਕਿਹੜੇ ਬੰਦੇ ਆ, ਤਾਂ ਉਹਦੇ ਵਿੱਚ ਸੁਰਮੂ ਨੂੰ ਜਿਹੜਾ ਸਾਨੂੰ ਇਹ ਜਿੱਥੇ ਜਿੱਥੇ ਅਸੀਂ ਰੇਡ ਕੀਤਾ ਸੀ ਉੱਥੋਂ ਇਹ ਇਨਫੋਰਮੇਸ਼ਨ ਸੀ ਕਿ ਉਹ ਕਠੂਆ ਏਰੀਏ 'ਚ J&K 'ਚ ਗਿਆ ਹੋਇਆ ਸੀ, ਅਤੇ J&K ਸਾਡੀਆਂ ਪਾਰਟੀਆਂ ਗਈਆਂ ਸੀ ਉੱਥੇ ਵੀ ਕਈ ਜਗ੍ਹਾ ਦੇ ਉੱਤੇ ਰੇਡਸ ਕੀਤੇ, ਤਾਂ ਅਲਟੀਮੇਟਲੀ ਉੱਥੋਂ ਪਤਾ ਲੱਗਿਆ ਸੀ ਕਿ ਵਾਪਸ ਮੁੜ ਗਿਆ ਰਾਤ ਦਾ ਚੱਲਿਆ ਹੋਇਆ, ਅਤੇ ਸਾਡੀ ਜਿਹੜੀ ਨਾਕਾਬੰਦੀ ਕੀਤੀ ਹੋਈ ਸੀ ਚੱਕ ਕਲਾਂ ਪਿੰਡ ਹੈ ਪਿਛਲੇ ਪਾਸੇ, ਇਹਦੇ ਵਿੱਚ ਇਹ ਜਿਹੜਾ ਉੱਥੋਂ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਰਾਊਂਡ ਅਪ ਕੀਤਾ, ਅਤੇ ਰਾਊਂਡ ਅਪ ਕਰਕੇ ਸੁਰਮੂ ਨੂੰ ਵੀ ਅਰੈਸਟ ਕਰ ਲਿਆ। ਨਹੀਂ, ਹੁਣ ਇਹ ਆਉਂਦਾ ਵੇ ਸੀ ਉੱਥੇ, ਇਹ ਵੀ ਜਿਹੜਾ ਕੱਲ੍ਹ ਪਰਸੋਂ ਇਹ ਦੋ ਰਾਤਾਂ J&K 'ਚ ਕਠੂਆ ਏਰੀਏ 'ਚ ਲਾ ਕੇ ਆਇਆ। ਹਾਂਜੀ ਹਾਂਜੀ, ਸੁਰਮੂ ਚੱਕ ਕਲਾਂ ਦੇ ਪਰਲੇ ਪਾਸੇ ਜਿਹੜੀ ਰਸਤਾ ਆਉਂਦਾ ਮੈਲਾਂ ਦਾ ਲੱਡੂ ਵਾਲ ਤੋਂ ਥੱਲੇ ਉਤਰਿਆ ਹੋਣਾ ਇੱਧਰ ਨੂੰ ਜਾ ਰਿਹਾ ਅੱਜ, ਮਤਲਬ ਉੱਥੇ ਜਾ। ਹੁਣ ਸਾਡੀਆਂ ਰਾਤ ਦੀਆਂ ਪਾਰਟੀਆਂ, ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੀਆਂ ਕੁਝ ਪਾਰਟੀਆਂ ਬਾਹਰ ਵੀ ਨੇ J&K 'ਚ ਵੀ ਨੇ, ਤਾਂ ਉੱਥੋਂ ਕੱਲ੍ਹ ਸ਼ਾਮ ਦਾ ਰਾਤ ਦਾ ਇਹ ਉੱਥੋਂ ਨਿਕਲਿਆ ਹੋਇਆ ਸੀ, ਇਹਨੂੰ ਜਦ ਉੱਥੇ ਪਤਾ ਲੱਗ ਗਿਆ ਸੀ ਵੀ ਰੇਡ ਹੋ ਰਹੇ ਨੇ। ਹੁਣ ਟੋਟਲ 3 ਅਰੈਸਟ ਨੇ, ਹੁਣ ਟੋਟਲ 3 ਨੇ ਜੀ, 3 ਹਾਲ ਦੀ ਕੜੀ ਰਹਿ ਰਹੇ ਨੇ, ਬਾਕੀ ਆ ਜਿਹੜੇ 3 ਫੜ ਲਏ ਨੇ ਬਾਕੀਆਂ ਦੇ ਉੱਤੇ ਵੀ ਰੇਡ ਪਾਰਟ ਵਿੱਚ ਚੱਲਿਆ। ਇਹ ਕਲੀਅਰ ਹੋ ਗਿਆ ਕਿ ਟੋਟਲ 6 ਹੀ ਸੀਗੇ ਅਕਿਊਜ਼ਡ। ਦੇਖੋ, ਇਸ ਕੇਸ ਦੇ ਵਿੱਚ ਤਾਂ 6 ਹੀ ਹਾਲੇ ਤੱਕ ਸਾਹਮਣੇ ਆ ਰਹੇ ਨੇ, ਪਰ ਗੈਂਗ ਵੱਡਾ। ਹੁਣ ਦੇਖੋ, ਜਗਰੂਪ ਸਿੰਘ ਇਹਨਾਂ ਦਾ ਹੈੱਡ ਸੀ, ਉਹਨੂੰ ਅਸੀਂ ਉਹਦੀ ਸਸਟੇਨਡ ਇੰਟਰੋਗੇਸ਼ਨ ਚੱਲ ਰਹੀ ਆ, ਅਤੇ ਹੁਣ ਅਸੀਂ ਥੋੜ੍ਹੀ ਦੇਰ 'ਚ ਪੇਸ਼ ਕਰਨ ਲਿਜਾਣਾ ਉਹਨਾਂ ਨੂੰ ਜੱਜ ਸਾਹਿਬ ਦੇ ਅੱਗੇ, ਤਿੰਨਾਂ ਨੂੰ ਲੈ ਕੇ ਜਾਵਾਂਗੇ। DSPs ਰੈਡੀ ਅਤੇ ਪੁਲਿਸ ਪਾਰਟੀਆਂ ਤਿਆਰ ਨੇ ਜਿਹੜੀਆਂ ਲੈ ਕੇ ਜਾਣਗੀਆਂ, ਅਤੇ ਅਸੀਂ ਉੱਥੇ ਇਹਨਾਂ ਦਾ ਪ੍ਰੋਪਰ ਰਿਮਾਂਡ ਮੰਗਾਂਗੇ ਤਾਂ ਕਿ ਸਾਰਾ ਕੁਝ ਕਰੇ ਜਾਣ। ਪਰ ਇੱਕ ਗੱਲ ਬੜੀ ਕਲੀਅਰ ਹੈ, ਜੇ ਮੈਂ ਉਸ ਦਿਨ ਵੀ ਕਹਿ ਦੀ ਆ ਜਾਵੇ, ਇਹ ਕੋਈ ਵਨ ਆਫ ਕੇਸ ਨਹੀਂ ਹੈ, ਪਹਿਲਾਂ ਇੱਥੇ ਕੇਸ ਇਸ ਇਲਾਕੇ 'ਚ ਹੁੰਦੇ ਰਹੇ ਨੇ, ਅਤੇ ਕਈ ਅਨਰਿਪੋਰਟਡ ਗਏ ਨੇ ਡਿਊ ਟੂ ਸੋਸ਼ਲ ਸਟਿਗਮਾ ਜਾਂ ਆਪਣੀ ਜਿਹੜੀ ਸੋਸ਼ਲ ਸਿਕਿਉਰਿਟੀ ਹੁੰਦੀ ਹੈ ਉਹਦੇ ਕਰਕੇ। ਬਟ ਡੈਫੀਨੇਟਲੀ ਜਿਹੜੇ ਵੀ ਕੋਈ ਬੰਦੇ ਇਹਨਾਂ ਦੇ ਗੈਂਗ 'ਚ ਹੋਣਗੇ, ਚਲੋ ਇਹਦੇ 'ਚ ਤਾਂ ਡਾਇਰੈਕਟਲੀ ਤਾਂ 6 ਨੇ, ਹੋਰ ਵੀ ਜਿਹੜੇ ਇਹ ਹੋਣਗੇ ਛੱਡਾਂਗੇ ਨਹੀਂ। ਸਰ ਹੁਣ ਕਿਸ ਤਰ੍ਹਾਂ ਦੀ ਉੱਥੇ ਪੈਟਰੋਲਿੰਗ ਤੁਸੀਂ ਕਿਸ ਤਰ੍ਹਾਂ ਦੀ ਕਰ ਰਹੇ ਹੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ? ਦੇਖੋ, ਆਇਆ ਮੇਰੀ ਰਾਤ ਕਮਿਸ਼ਨਰ ਸਾਹਿਬ ਨਾਲ ਵੀ ਫੋਨ 'ਤੇ ਹੋਈ ਸੀ, DCP ਆਇਆ ਸੀ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ ਨਾਲ ਵੀ ਗੱਲ ਹੋਈ ਹੈ। ਅਸੀਂ ਉੱਥੇ ਆਲਰੇਡੀ ਸਾਡਾ ਉੱਥੇ ਨਾਕਾ ਪਰਸੋਂ ਦਾ ਹੀ, ਜਿਸ ਦਿਨ ਦਾ ਸਾਨੂੰ ਪਤਾ ਲੱਗਿਆ ਉੱਥੇ ਪਲੇਸਡ ਹੈ, ਉਹਨਾਂ ਦੇ ਨਾਲ ਅਸੀਂ ਜੁਆਇੰਟ ਨਾਕਾ ਵੀ ਲਵਾ ਰਹੇ ਹਾਂ। ਜਿਹੜਾ ਉੱਥੇ ਮਾਈਕਰੋ ਹਾਈਡਲ ਪ੍ਰੋਜੈਕਟ ਹੈ ਲੱਗਿਆ ਹੋਇਆ, ਉਹਦੇ 'ਤੇ ਵੀ ਉਹਨਾਂ ਨਾਲ ਗੱਲ ਕਰਕੇ ਕੈਮਰਾਜ਼ ਅਤੇ ਲਾਈਟਿੰਗ ਦਾ ਪ੍ਰਬੰਧ ਕਰਵਾ ਰਹੇ ਹਾਂ। ਸਰ, ਕੱਲ੍ਹ ਅਸੀਂ ਉੱਥੇ ਰਿਐਲਿਟੀ ਚੈੱਕ ਕੀਤਾ, 11 ਕਿਲੋਮੀਟਰ ਦਾ ਏਰੀਆ ਫਿਰੋਜ਼ਪੁਰ ਰੋਡ ਤੋਂ ਲੈ ਕੇ ਜਿੱਥੇ ਇੰਸੀਡੈਂਟ ਹੋਇਆ,
ਸਿਰਫ ਇੱਕ ਜਗ੍ਹਾ 3.5 ਕਿਲੋਮੀਟਰ ਫਿਰੋਜ਼ਪੁਰ ਰੋਡ ਤੋਂ PAU ਦੇ ਬਾਹਰ ਥਾਣੇ ਦੇ ਬਾਹਰ ਨਾਕਾ ਲੱਗਿਆ ਸੀ। ਕੋਈ ਵੀ ਇਹ ਮੈਂ ਉਹਨਾਂ ਦੇ ਨਹੀਂ ਕਰ ਸਕਦਾ ਕਮੈਂਟ, ਮੇਰੇ ਏਰੀਏ 'ਚ ਜਾ ਕੇ ਜੇ ਤੁਸੀਂ ਦੇਖੋਗੇ ਉੱਥੋਂ ਜ਼ਰੂਰ ਲੱਗਿਆ ਹੋਇਆ ਹੋਊਗਾ। ਸਰ ਅਸੀਂ ਪੂਰਾ ਉੱਥੇ ਜਿੱਥੇ ਇੰਸੀਡੈਂਟ ਹੋਇਆ ਜਿਹੜੇ ਪਲਾਟ ਉੱਥੇ ਤੱਕ ਫੋਨ ਰੋਲ ਕੈਮਰਾ ਗਿਆ ਵਾ, ਕੋਈ ਵੀ PCR ਮੋਟਰਸਾਈਕਲ, ਕੋਈ ਵੀ PCR ਵੈਨ ਜਾਂ ਕੋਈ ਵੀ ਨਾਕਾ 11 ਇੱਛੇ ਵਾਲੇ ਤੱਕ ਦਾ, ਇੱਛੇ ਵਾਲੇ ਤੱਕ ਦਾ ਤਾਂ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ, ਪਰ ਉਸ ਤੋਂ ਬਾਅਦ ਸਾਡੇ ਏਰੀਏ ਦੇ ਵਿੱਚ ਉੱਥੇ ਤੁਸੀਂ ਦੇਖੋਗੇ ਠੇਕੇ ਦੇ ਉੱਤੇ ਵੀ ਅਗਲੇ ਪਾਸੇ ਬੰਦੇ ਖੜੇ ਰਹੇ ਨੇ, ਸਾਡੀ ਉੱਥੇ ਪੈਟਰੋਲਿੰਗ ਪਾਰਟੀਆਂ ਹੈਗੀਆਂ। ਚੰਗਰਾ ਅਗਲੇ ਹੋਰ ਅੱਗੇ ਕਿਲੋਮੀਟਰ ਇੱਕ ਹੋਰ ਜਾਂਦੇ ਚਾਂਗਰਾ ਪਿੰਡ ਹੈ, ਚੰਗਾਰੇ ਪਿੰਡ ਦੇ ਵਿੱਚ ਸਾਡਾ ਨਾਕਾ ਖੜੇ, ਹੁਣ ਵੀ ਚਲੇ ਜਾਓ ਉੱਥੇ ਮਿਲੂਗਾ ਤੁਹਾਨੂੰ। ਤੁਸੀਂ ਨਾਮ ਨਹੀਂ ਦੱਸਿਆ ਸੀਗਾ ਯਾਰ, ਉਹਦਾ ਅਨਨੋਨ ਨੇਮ ਹੈ, ਉਹਦਾ ਨਾਂ ਹਲੇ ਮਤਲਬ ਜਿਹੜੀ ਪਹਿਲਾਂ ਬੰਦਾ ਨਹੀਂ ਟਰੇਸਡ ਹੈ, ਉਹ ਬੰਦੇ ਦਾ ਨਾਂ ਮਤਲਬ ਕੋਈ ਹੈਗਾ, ਕੋਈ ਬੰਦਾ ਉਹਦਾ ਨਾਂ ਦੱਸਦੇ ਨੇ ਹਲੇ ਐਗਜੈਕਟ ਨਾਂ ਨਹੀਂ ਉਹਦਾ, ਕਿਉਂਕਿ ਇਹ ਮਤਲਬ ਇੱਕ ਪਹਿਲਾਂ ਕਹਿ ਰਹੇ ਸੀ ਸਾਦਿਕ ਅਲੀ ਕਹਿੰਦਾ ਉਹਦੇ ਰਿਸ਼ਤੇਦਾਰ ਨੇ, ਹੁਣ ਜਦ ਇਹ ਬੰਦੇ ਆ ਗਏ ਨੇ, ਸੁਰਮੂ ਵੀ ਆ ਗਿਆ, ਹੁਣ ਸੁਰਮੂ ਨੂੰ ਬਜਾਓ ਕਹਿੰਦਾ ਇਹਦਾ ਰਿਸ਼ਤੇਦਾਰ ਹੈ, ਤਾਂ ਉਹ ਚੀਜ਼ਾਂ ਅਸੀਂ ਨੈਚੁਰਲੀ ਹੁਣ ਦੇਖੋ ਜੱਜ ਸਾਹਿਬ ਤੋਂ ਜਾ ਕੇ ਹੁਣ ਅਸੀਂ ਲਵਾਂਗੇ ਰਿਮਾਂਡ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰਾਂਗੇ। ਜਿਹੜੇ ਰਾਊਂਡ ਆਫ ਕੀਤੇ ਸੀਗੇ ਉਹਨਾਂ ਨੂੰ ਛੱਡਤਾ, ਜਿਹੜੇ ਕਾਫੀ ਜਿਹੜੇ ਲੜਕੇ ਨੇੜੇ ਤੇੜੇ ਦੇ ਉਹਨਾਂ ਦੇ ਵਿੱਚੋਂ ਦੇ ਜਿਹੜੇ ਪੁੱਛਗਿੱਛ ਵਾਸਤੇ ਸਭ ਛੱਡਤੇ ਨੇ, ਜਿੰਨੇ ਵੀ ਅਸੀਂ ਬਤੌਰ ਸਸਪੈਕਟਸ, ਬਤੌਰ ਬੈਡ ਕਰੈਕਟਰਸ ਜਾਂ ਪਿਛਲੇ ਬੇਲ ਆਊਟ ਪੁਰਾਣੇ ਕੇਸਾਂ 'ਚ ਇਹਨਾਂ ਪਿੰਡਾਂ ਦੇ ਸੀ, ਉਹ ਸਾਰੇ ਦੇ ਸਾਰੇ ਬੰਦੇ ਅਸੀਂ ਕੱਲ੍ਹ ਦਿਨ ਛੱਡਤੇ ਸੀ, ਸ਼ਾਮ ਲੇਟ ਈਵਨਿੰਗ ਸਾਰੇ ਭੇਜਤੇ ਸੀ ਆਪਣੇ ਆਪਣੇ ਘਰਾਂ ਨੂੰ ਪੁੱਛ ਗਿੱਛ ਲਈ ਬੁਲਾਏ। ਹਾਂਜੀ ਹਾਂ ਹੋ ਰਿਹਾ ਮੋਟਰਸਾਈਕਲਾਂ 'ਤੇ ਨੇ, ਯਾਰ ਹੁਣ ਜੱਜ ਤੋਂ ਜਾ ਕੇ ਪਰਮਿਸ਼ਨ ਲਵਾਂਗੇ ਜੱਜ ਸਾਹਿਬ ਤੋਂ, ਫਿਰ ਉਹਨਾਂ ਤੋਂ ਕਰਵਾਵਾਂਗੇ, ਉਹਨਾਂ ਦੀਆਂ ਰਿਕਵਰੀਆਂ ਵੀ ਕਰਾਉਣੀਆਂ ਨੇ, ਸਾਰਾ ਕੁਛ ਮਤਲਬ ਟਾਈਮ ਨਾਲ ਲੱਗਦਾ ਹੁੰਦਾ। ਹਾਂਜੀ ਸੁਰਮੂ ਪਿੱਛੋਂ ਆ ਰਿਹਾ ਸੀ ਇੱਕ, ਆਈ ਥਿੰਕ ਗੱਡੀ ਦੇ ਵਿੱਚ ਸੀ। ਹਾਂਜੀ ਹੁਣ ਪੈਦਲ ਹੈ ਪਿੱਛੋਂ, ਇਹਨੂੰ ਕੋਈ ਛੱਡ ਕੇ ਗੱਡੀ ਵਾਲਾ ਕਿਤੇ ਖੱਬੇ ਸੱਜੇ ਦੇਖ ਕੇ ਜਾਂ ਤਾਂ ਲੰਘਿਆ ਹੋਣਾ, ਉਹ ਪੁੱਛ ਹੁਣ ਕਰ ਰਿਹਾ, ਇਹਨੂੰ ਪੁੱਛਦੇ ਸਾਡੇ ਮੁਤਾਬਕ ਜੰਮੂ ਆਪਣੇ ਕਠੂਆ ਏਰੀਏ ਤੋਂ ਇਹ ਇੱਕ ਗੱਡੀ ਜਾ ਰਿਹਾ ਸੀ, ਅਤੇ ਉਹ ਗੱਡੀ ਇਹਨੂੰ ਮੈਨੂੰ ਲੱਗਦਾ ਲਾਹ ਲੂ ਕੇ ਅੱਗੇ ਪਿੱਛੇ ਕਰੀ ਹੋਣੀ ਆ। ਲੱਭ ਰਾਮ ਕ੍ਰਿਸ਼ਨ ਅਰੋੜਾ, ਦਿਵਿਆ ਪੰਜਾਬ TV, ਲੁਧਿਆਣਾ।